ਭਈਆ ਸਾਇਲੈਂਟ ਪੂਰੀ ਚੀਕ ਜੀ ਮਾਰਦੀ, ਇੱਕ ਮਾੜਾ ਮੋਟਾ ਪੁਸ਼ ਮਾਰਦਾ ਹੋਣਾ ਕੋਈ 1500 ਚੱਕਰਾਂ ਤੇ ਵੀ ਖਾਸੀ ਭਜਾ ਦਿੰਦਾ ਮਸ਼ੀਨ ਨੂੰ ਹਨਾ, ਦੂਏ ਲੋਚ ਚੱਲੇਗਾ ਫਿਰ ਲੋਟ ਜਾ ਕੇ ਇਹ ਅਰਜਣਾ ਤੇ ਨੀ ਬਸ ਹੋਣੀ ਕਹਾਣੀ, ਸਟੈਂਡਰਡ ਲੋਟ ਆਊਗਾ ਉਹੀ ਘੁਮਾਊਗਾ ਗੁੱਡੀਆਂ ਦੀਆਂ, ਇੱਕ ਸਿਰਫ ਮੂਹਰੇ ਵਾਲੀ ਇਹਦੀ ਹੁਣ 14 ਦੀ 12 ਦੀ ਪੁਲੀ ਪਊਗੀ ਮੂਹਰੇ, ਇਹਨੂੰ ਪੁਲੀ ਛੋਟੀ ਪਊਗੀ ਕਿਉਂਕਿ ਚੱਕਰ ਬਹੁਤ ਆ ਨਾ, ਸਵਾ ਦਾ ਗੇਰ ਆ ਇਹਨੂੰ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਕੱਲ੍ਹ ਰਾਤੀ 8 ਵਜੇ ਦੇ ਕਰੀਬ 8:30 ਅਸੀਂ ਕੰਬਾਈਨ ਖੜਾ ਕੇ ਹਰਿਆਣੇ 'ਚ ਵਾਪਸ ਆ ਗਏ ਸੀ, ਅਤੇ ਟਰੈਕਟਰ ਲੈ ਕੇ ਆਏ ਸੀ ਛਿੰਦੇ ਵਾਲਾ, ਤੁਸੀਂ ਲਾਸਟ ਬਲੌਗ 'ਚ ਦੇਖਿਆ ਹੀ ਆ, ਅਤੇ ਲੱਗੇ ਹੋਏ ਆ ਘਰ ਕੰਮ ਕਾਰ। ਅੱਜ ਬੜਾ ਤਕੜਾ ਸੰਘਰਸ਼ ਛੇੜਿਆ ਵਾ ਘਰ ਵੀ, ਪਰਸੋਂ ਰੇਤਾ ਭਰਿਆ ਸੀ ਟਰਾਲੀ 'ਚ, ਆਹ ਰੇਤਾ ਸਾਰਾ ਸਟੋਰ ਕਰਿਆ ਪਹਿਲਾਂ ਤੋਂ ਰੇਕ ਥੋਂ, ਇਹ ਲਪਾਈ ਵਾਲਾ ਰੇਤਾ ਜਿੰਨਾ ਵੀ ਆਪਣੇ ਉਹ ਸਾਰਾ ਸ਼ੈੱਡ ਨੂੰ ਲੱਗਣਾ ਨਾ, ਇਹ ਸਾਰਾ ਲਪਾਈ ਵਾਲਾ ਰੇਤਾ ਆਪਾਂ ਨੇ ਫਿਲਹਾਲ ਇੱਥੇ ਸਟੋਰ ਕਰ ਲਿਆ, ਕਿਉਂਕਿ ਮਿਸਤਰੀ ਨੇ ਲੱਗਣਾ ਉਹਦੇ ਨਾਲ ਇੱਕ ਦਿਹਾੜੀ ਲੱਗ ਜੂਗਾ, ਉਹਨਾਂ ਨੂੰ ਦੋਹਾਂ ਨੂੰ ਠੇਕਾ ਦਿੱਤਾ ਵੀ ਜਾਣੀ ਤੁਸੀਂ ਜਿੰਨਾ ਕੁ ਹੁੰਦਾ ਉਨਾ ਕੁ ਤੁਸੀਂ ਆਪਣਾ ਕੰਮ ਕਰ ਲਓ। ਤੁਹਾਨੂੰ ਦਿਖਾਉਣਾ, ਦੇਖੋ ਉੱਥੇ ਹੀ ਲੰਬਾ ਪ੍ਰੋਜੈਕਟ ਆ ਇਹ ਅੰਦਰ ਬਾਹਰ ਸਾਰਾ ਹੈ ਨਾ, ਅਤੇ ਬਾਕੀ ਸਮਾਨ ਕੱਢ ਰਹੇ ਹਾਂ ਸ਼ੈੱਡ 'ਚੋਂ ਸਾਰਾ ਬਾਹਰ, ਕਿਉਂਕਿ ਇਹਦੀ ਅੱਜ ਸਫਾਈ ਜੀ ਕਰਨੀ ਹੈ, ਅਤੇ ਆਹ ਦੇਖੋ ਤਵੀਆਂ, ਇਹਨਾਂ ਨੂੰ ਜਰਜੁਰ ਬਹੁਤ ਪੈ ਗਈ ਤਵੀਆਂ ਨੂੰ ਹੈ ਨਾ, ਅਤੇ ਇਹ ਵੀ ਸਾਰਾ ਜ਼ਰੂਰੀ ਹੈ, ਆਹ ਦੇਖੋ ਜਿਵੇਂ ਖੜੀਆਂ ਖੁੜੀਆਂ ਤੀਆਂ, ਹੁਣ ਇਹਨਾਂ ਨੂੰ ਧੋਣੇ ਹੈ, ਇੱਕ ਵਾਰ ਧੋ ਕੇ ਕਾਲਾ ਤੇਲ ਲਾ ਕੇ ਖੜਾ ਦੇਣੀ ਹੈ ਇਹ ਹੈ ਨਾ, ਅਤੇ ਹਲੇ ਸੰਭਾਲ 'ਚ ਨਹੀਂ ਤਾਂ ਸਮਾਨ ਇੱਦਾਂ ਹੀ ਥੋੜ੍ਹਾ ਜਿਹਾ ਖੰਡਾਰਾ ਜ਼ਿਆਦਾ ਪਿਆ ਵਾ, ਤਾਂ ਅਤੇ ਹੁਣ ਅੰਦਰ ਦਿਖਾਉਣਾ ਤੁਹਾਨੂੰ ਜਾ ਕੇ ਵੀ ਕੀ ਕੁਛ ਚੱਲ ਰਿਹਾ ਪ੍ਰੋਜੈਕਟ ਅੱਗੇ ਕੀ ਕੁਛ ਨਹੀਂ ਹੈ ਨਾ, ਅਤੇ ਚੱਲਦੇ ਹਾਂ ਸ਼ੈੱਡ 'ਚ, ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਰਾਹ ਫੇਰਿਆ, ਪਹਿਲਾਂ ਜਿਹੜੀ ਮਿੱਟੀ ਮੁੱਟੀ ਦੀ ਢੇਰੀ ਤੀ ਉਹ ਸਾਰੀ ਪੱਧਰੀ ਕਰੀ ਹੈ, ਅਤੇ ਬਾਕੀ ਅੰਦਰ ਹੁਣ ਮੋਟਰ ਲਾਈ ਵੀ, ਅੰਦਰ ਪਾਣੀ ਛਿੜਕ ਹੋ ਰਿਹਾ, ਉਹਦੇ ਪੈਪ ਕੱਢਤਾ ਆਹ ਟਰੈਕਟਰ ਨਾਲ, ਕਰਾਹ ਜਿਹੜਾ ਫੇਰਿਆ ਅੰਦਰ, ਅਤੇ ਹੁਣ ਟਰਾਲੀਆਂ ਲਾ ਰਹੇ ਅੰਦਰ, ਤੁਹਾਨੂੰ ਦਿਖਾਉਂਦਾ ਸਾਰਾ ਪ੍ਰੋਜੈਕਟ ਅੰਦਰ। ਹਾਂ ਜੀ ਮਿੱਟੀ ਨਾ ਪੱਧਰੀ ਕਰਤੀ ਬਹੁਤ ਸੋਹਣੀ, ਟਰਾਲੀ ਕੱਢ ਰਹੇ ਦੇਖੋ ਸ਼ੈੱਡ ਕਿੰਨਾ ਸੋਹਣਾ ਖੁੱਲ੍ਹਾ ਡੁੱਲਾ ਲੱਗਣ ਲੱਗ ਗਿਆ। ਲਓ ਜੀ ਬੈਟਰੀਆਂ ਰੱਖਤੀਆਂ ਮਸ਼ੀਨ ਦੀਆਂ। ਇੱਕ ਨਾ ਜਿੰਨੇ ਵੀਡੀਓ ਦੇਖ ਰਹੇ ਵੀਰ ਆਪਣੇ, ਤੁਸੀਂ ਵੀ ਧਿਆਨ ਰੱਖਿਆ ਕਰੋ ਹਮੇਸ਼ਾ ਬਕਸਾ, ਚੱਲ ਕੋਈ ਮੈਂ ਨਹੀਂ ਕਹਿੰਦਾ ਵੀ ਹਰੇਕ ਨੂੰ ਪਤਾ, ਕਈ ਅਣਜਾਣ ਵੀ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਪਲੱਸ ਮਾਈਨਸ ਕਿੱਧਰ ਕਰਨਾ ਮੈਂ ਕੰਬਾਈਨ ਦੇ, ਹਨਾ ਕਿੱਧਰੋਂ ਕਰੰਟ ਜਾਣਾ ਕਿੱਧਰ ਨੂੰ, ਇਹਦਾ ਹੈ ਕਈ ਵਾਰ ਇਕੱਠੇ ਹੋ ਜਾਂਦੇ ਕੰਮ। ਬਕਸੇ 'ਚ ਆਪਣੀ ਨਿਸ਼ਾਨੀ ਲਾ ਕੇ ਰੱਖੋ, ਚਾਹੇ ਉਹਦੇ ਸਾਹਮਣੇ ਕਿਤੇ ਵੀ, ਚਲੋ ਮੰਨ ਲਓ ਬਕਸਾ ਖੁੱਲ੍ਹਾ ਵੀ, ਇੱਥੇ ਸਾਹਮਣੇ ਨਿਸ਼ਾਨੀ ਲਾ ਦਿਓ ਪਲੱਸ ਮਾਈਨਸ ਪਲੱਸ ਮਾਈਨਸ, ਠੀਕ ਹੈ ਉਹਦੇ 'ਚ ਚਾਹੇ ਹੈਲਪਰ ਤੇ ਵੀ ਰਖਾਲਾ ਬੈਟਰੀ, ਇੱਧਰ ਮਾਈਨਸ ਪਲੱਸ ਆਉਂਦਾ ਮਾਈਨਸ ਪਲੱਸ ਆਉਂਦਾ, ਠੀਕ ਹੈ ਉਹ ਹਿਸਾਬ ਨਾਲ ਇਹ ਪਤਾ ਰਹਿੰਦਾ ਬੈਟਰੀ ਹੁਣ ਆ ਦੇਖ ਟਰਮੀਨਲ ਦਾ ਫਰਕ ਹੈ, ਐਮਆਰਓਨ ਦੀ ਦੇ ਇੱਧਰ ਆ ਗਏ ਉਹਦੇ ਉੱਧਰ ਆ ਗਏ, ਹੁਣ ਬਾਈ ਚਾਂਸ ਮੇਰੇ ਵਰਗਾ ਚੱਲ ਕੋਈ ਮੈਂ ਆਪਣੇ ਪਲੇ ਲਾ ਲੈਂਦਾ ਹੈ ਨਾ, ਮੈਨੂੰ ਪਤਾ ਨਹੀਂ ਕਮਾ ਕੇ ਮੈਂ ਉਹ ਇੱਧਰ ਨੂੰ ਮਾਰਨੀ ਜਾਂ ਥਿੰਬੜਾ ਲਾਉਣੀ ਕੁਛ ਨਾ ਕੋਈ ਕੰਮ ਕਰ ਦੇਣਾ ਹੈ ਨਾ। ਚਲੋ ਖੈਰ ਬਾਕੀ ਓਕੇ ਲੱਗਿਆ ਬੈਟਰੀ, ਅੱਛਾ ਹੁਣ ਦੂਜੀ ਮਸ਼ੀਨ ਤਾਂ ਆਪਾਂ ਛੱਡਿਆ, ਹੁਣ ਆਹ ਮਸ਼ੀਨ ਫਿਰ ਇਹਦੇ ਪਰ ਵੀ ਮਿਹਨਤ ਹੋਣੀ ਹੈ, ਆਹੋ ਇਹਦੇ ਪਰ ਵੀ ਮਿਹਨਤ ਕਰਨੀ ਹੈ, ਇਹਨੇ ਕਿਹੜੇ ਕੰਮ ਘੱਟ ਕਰਨਾ ਹੈ, ਬੜੀ ਮਸ਼ੀਨ ਹੈ ਪਤਾ, ਮੈਂ ਯਾਰ ਭਾਗਾ ਜਾ ਚ ਹੈ। ਅੱਛਾ ਹਾਂ ਅਸੀਂ ਉਹ ਪਾਉਣੇ ਕਹਾਣੇ ਉਹਦੇ ਬਲੇਟੇ ਬਲੇਟੇ ਪਾਉਣੇ ਕਹਾਣੇ ਉਹਦੇ, ਹਾਂ ਹਾਂ ਸਰ ਨਾਉ ਨਹੀਂ ਲੈਂਦੇ ਉਹਦਾ, ਇਹਦੇ ਪਰ ਤਾਂ ਲਿਖਾ ਦੇਣਾ ਮੈਂ ਜੱਟ ਦਾ ਮੁਕਾਬਲਾ, ਦੱਸ ਮੈਨੂੰ ਉਹ ਇਹਦੇ ਪਰ ਉਹ ਲਿਖਾਉਨੇ ਆ ਆਪਾਂ ਤਹਿਲਕਾ, ਹਾਂ ਤਹਿਲਕਾ, ਹਾਂ ਤਹਿਲਕਾ ਲਿਖਾਉਂਦੇ ਆ ਬਈ, ਘੱਟ ਨਹੀਂ ਆ ਸੱਚ ਗੱਲ ਸਹੀ ਆ, ਤਹਿਲਕੇ ਨਾਲੋਂ ਘੱਟ ਨਹੀਂ ਹੈਗੀ, ਕਟਰ ਵਾਲੇ ਦੇਖ ਲੈ ਇਹਦਾ ਦੇਖਦੀ ਸਰ, ਇੱਕ ਦੋ ਗੜੇ ਲੱਗੇ ਹੋਏ ਕੀਲੇ ਨੂੰ ਦੱਸ ਦਿੰਦੀ ਆ ਵੀ ਹਾਂ 2 ਫੁੱਟ ਫਾਂਟ ਬੜੀ ਲਿਆਂਦੀ ਆ ਇਹ 2 ਫੁੱਟ, ਆਹ ਤਾਂ ਗੱਲ ਹੈ
ਅਗਲੇ ਗੇੜੇ ਚ 4 ਫੁੱਟ ਉਹਤੇ ਅਗਲੇ ਗੇੜੇ ਚ 6 ਫੁੱਟ ਦਾ ਫਰਕ ਪਾ ਜਾਣਾ ਬਸ ਫਿਰ ਹੈਨਾ ਇੰਨੇ ਨੂੰ ਕਿੱਲਾ ਸਾਫ ਆ ਜਾਣੀ ਐ ਨਹੀਂ ਹੈ ਵੀ ਕਦੇ ਵਾਪਸ ਲੈ ਕੇ ਕੱਟ ਤੋਂ ਵਾਪਸ ਮੋੜ ਨਹੀਂ ਪੈਂਦੀ ਆ ਵੀ ਹਾਂ ਵੀ ਦੁਬਾਰਾ ਤੇ ਕੇਰਾ ਅੱਗੇ ਨੂੰ ਕਰਨਾ ਆਹ ਬੈਕ ਨਹੀਂ ਕਰਨੀ ਪੈਂਦੀ ਉੱਚੀ ਮੁੜਿਆਂ ਦੇ ਹੁਕ ਨਹੀਂ ਉੱਥੋਂ ਹੀ ਆ ਨਹੀਂ ਮੁੜਿਆਂ ਦਾ ਬੜੇ ਕਟਰ ਵਾਰ ਕਰਕੇ ਇਹਨੂੰ ਕਟਰ ਐਦਾਂ ਆਉਂਦਾ ਤੇ ਨਿਊ ਹੋਲੈਂਡ ਕੰਬਾਈਨ ਨੂੰ ਉਹਨੂੰ ਵੀ ਐਡੇ ਜਿੱਡਾ ਕਟਰ ਆਉਂਦਾ ਇਹ ਤਾਂ ਬਾਹਰ ਬਾਹਰ ਦੇਖ ਲਾ ਪੌਣੇ 17 ਫੁੱਟ ਹੋ ਜਾਂਦਾ ਬਾਹਰ ਬਾਹਰ ਬਿੜ ਅੰਦਰ 15.5 ਰਹਿ ਜਾਂਦਾ ਅੰਦਰ ਅੰਦਰ ਕੰਪਲੀਟ 15.5 ਤੋਂ ਥੋੜਾ ਜਿਹਾ ਵੱਧੇ ਆ ਮੈਨੂੰ ਵੀ ਕੱਲ ਫੋਨ ਆਏ ਤੇ ਕਈਆਂ ਦੇ ਇੱਕ ਤਾਂ ਗੋਲਡੀ ਬਾਈ ਆ ਤੇ ਆਪਣਾ ਪੋਲੇ ਤੋਂ ਉਹ ਮੈਨੂੰ ਕਹਿੰਦਾ ਚਾਚੇ ਕਹਿੰਦਾ ਮਸ਼ੀਨ ਛੱਡਿਆ ਮੈਂ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਉਹ ਕਹਿੰਦਾ ਯਾਰ ਮੈਂ ਕਹਿੰਦਾ ਤੁਹਾਡੀ ਕਹਿੰਦਾ ਉਹ ਦੇਖ ਲਈ ਸਟੋਰੀ ਪਾਉਂਦੇ ਹੁੰਦੇ ਜਿਹੜੀ ਆਪਾਂ ਰੀਲ ਕਹਿੰਦਾ ਮੈਂ ਉਹ ਦੇਖ ਲਈ ਰਾ ਉਹ ਕਹਿੰਦਾ ਕਹਿੰਦਾ ਮੈਂ ਭੇਜੂਗਾ ਕਹਿੰਦਾ ਮੇਰੀ ਵੀ ਬਣਾ ਕੇ ਕਹਿੰਦਾ ਪਾਈ ਕਹਿੰਦਾ ਇੱਕ ਕਹਿੰਦਾ ਕਹਿੰਦਾ ਦਿਲਪ੍ਰੀਤ ਨੂੰ ਕਹਿੰਦੀ ਮਹਾਂ ਚੱਲ ਕੋਈ ਕਿਹੜੀ ਜਗ੍ਹਾ ਜਾਂਦਾ ਉਹ ਆਪਣਾ 2 ਦਿਨ ਦਾ ਕੰਮ ਕਹਿੰਦਾ ਉਹ ਕਹਿੰਦਾ ਕੱਲ ਰਹਿ ਗਿਆ ਲਾ ਦਿੰਦੇ ਆ 2 ਦਿਨ ਦਾ ਕੰਮ ਰਹਿ ਗਿਆ ਕਹਿੰਦਾ ਮੇਰਾ ਉੱਥੇ ਚੱਲ ਰਿਹਾ ਉਹ ਆਪਣਾ ਛਤਰਪੁਰ ਤੇ ਹੁਣ ਉਹ ਝਾਂਸੀ ਜਾਊਗਾ ਤੇ ਰਾਤ ਫਿਰ ਮੈਂ ਉਹਨੂੰ ਫੋਨ ਕਰਕੇ ਦੱਸਿਆ ਤਾਂ ਮਹਾਂਵੀਰ ਜੇ ਆਉਣਾ ਹੋਇਆ ਨਾ ਤਾਂ ਮਹਾਂ ਵੀ ਇੱਧਰ ਨੂੰ ਆਈ ਆਪਣਾ ਅੰਬਾਲੇ ਤੋਂ ਕਿਆ ਨਾਮ ਲੈਂਦੇ ਆ ਅੰਬਾਲੇ ਤੋਂ ਚੰਡੀਗੜ੍ਹ ਰੋਡ ਅੰਬਾਲੇ ਤੋਂ ਚੰਡੀਗੜ੍ਹ ਰੋਡ ਗਾਹਾਂ ਲਾਲੜੂ ਤੋਂ ਗਾਹਾਂ ਲੈਲੀ ਲੈਲੀ ਤੋਂ ਬਨੂੜ ਤੋਂ ਸਿੱਧਾ ਰਾਜਪੁਰਾ ਉੱਥੋਂ ਅਗਲੇ ਨੇ ਜਿੱਧਰ ਨੂੰ ਆਪਣੇ ਅਗਲੇ ਦਾ ਏਰੀਆ ਹੋਊਗਾ ਅਗਲੇ ਦਾ ਪਿੰਡ ਹੋਊਗਾ ਉਧਰੋਂ ਅਗਲਾ ਚਲੇ ਜਾਊਗਾ ਉਹ ਤਾਂ ਬੇਕਾਰ ਸਿਆਪਾ ਛੇੜਤਾ ਦਾ ਜਮਾ ਹੀ ਉਹ ਤਾਂ ਸਰਸੇਣੀ ਵਾਲਾ ਤਾਂ ਜਮਾ ਹੀ ਰੋਡ ਖਤਰਨਾਕ ਉੱਥੇ ਦਾ ਨਾ ਜੇ ਸੱਚੀ ਪੁੱਛੇ ਮੋਟਰਸਾਈਕਲ ਵਾਲਾ ਵੀ ਤੰਗ ਹੁੰਦਾ ਅੱਜ ਨੀ ਪਛਾਣ ਹੁੰਦਾ ਚੱਲ ਵਧੀਆ ਗੱਲ ਸਮਾਨ ਦੀ ਸਾਰੀ ਦੀ ਧੋ ਧੋਈ ਕਰਕੇ ਸਾਰਾ ਅੰਦਰ ਖੜਾਤਾ ਮੈਨੂੰ ਸਰਹੰਦ ਜਾਣਾ ਪੈ ਗਿਆ ਥੋੜਾ ਕੰਮ ਸੀ ਪਿੱਛੋਂ ਮਸ਼ੀਨ ਅੰਦਰ ਕਰਤੀ ਤੇ ਭਾਗਾ ਚਾ ਨੰਬਰ ਲੈ ਗਿਆ ਅੱਜ ਹਲੇ ਸ਼ਿੰਦੇ ਵਾਲਾ ਟਰੈਕਟਰ ਵੀ ਇੱਥੇ ਹੈ ਅੱਜ ਆਉਣਾ ਉਹਨੇ ਸ਼ਾਮੀ ਲੈਣ ਵਾਸਤੇ ਆਹ ਟਰਾਲੀ ਵੀ ਖੜ ਗਈ ਉਹਦੀ ਦੇਖੋ ਸਮਾਨ ਕਿੰਨਾ ਨਾ ਟੋਟਲੀ ਮਤਲਬ ਤੂੜੀ ਵਾਲੀਆਂ ਮਸ਼ੀਨਾਂ ਉਹ ਅੱਜ ਹੁਣ ਲੀਵਰ ਲਾਵਾਂਗੇ ਹੁਣ ਉਹ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਵੀ ਪ੍ਰੋਸੈਸ ਉੱਧਰ ਕੰਮ ਚੱਲ ਰਿਹਾ ਹੁਣ ਤੂੜੀ ਵਾਲੇ ਦੇ ਲੱਗੇ ਵੇ ਹਵਾਲੇ ਹੋਏ ਵੇ ਆ ਆਹ 4 ਟਰਾਲੀਆਂ ਤੂੜੀ ਵਾਲੀਆਂ ਇੱਥੇ ਹੈਗੀਆਂ ਦੇਖੋ ਲੰਬਾਈ 'ਚ ਹੁਣ ਸਾਰਾ ਸਮਾਨ ਜਾਣੀ ਛੱਤ ਥੱਲੇ ਆ ਗਿਆ ਸਮਝ ਲਓ ਕਹਿਣ ਦਾ ਭਾਵ ਹੈ ਨਾ ਦੇਖੋ ਇੱਕ ਟਰਾਲੀ ਇੱਧਰ ਖੜੀਆਂ ਨੇ ਇੱਕ 2 ਟਰਾਲੀਆਂ ਹਲੇ ਉੱਧਰ ਖੜੀਆਂ ਪਰਲੇ ਘਰ ਜਾਣੀ ਉਹਨਾਂ ਨੂੰ ਵੀ ਇੱਧਰੇ ਲਿਆ ਕੇ ਲਾਵਾਂਗੇ ਹੁਣ ਅਤੇ ਬਾਕੀ ਚੱਲਦੇ ਹਾਂ ਹੁਣ ਤੂੜੀ ਵਾਲੀ ਮਸ਼ੀਨ ਦਾ ਲਾਉਣੇ ਲੀਵਰ ਟਰੈਕਟਰ ਦੇਖਦਾ ਫਿਰਦਾ ਮੈਂ ਕਿਹੜਾ ਕੱਢ ਕੇ ਲਿਆਵਾਂ ਟਰੈਕਟਰ ਕਿਹੜੇ ਸੌਖਾ ਜਿਹਾ ਲੱਭ ਹੁੰਦਾ ਕੱਢਣਾ ਤਾਂ ਉਹ ਤਾਂ ਜਾਣੀ ਪਰ ਨਿਕਲ ਜੂ ਆਹ ਬਾਹਰ ਕੱਢਣਾ ਪੈਣਾ ਕੱਖਾਂ ਵਾਲਾ ਇਹਨੂੰ ਕੱਢਦਾ ਟਰੈਕਟਰ ਨੂੰ ਬਾਹਰ ਫਿਰ ਆਹ 4x4 ਨਾਲ ਲੀਵਰ ਲਾ ਕੇ ਦੇਖਦੇ ਹਾਂ ਅੱਜ ਦੋਨਾਂ ਦੇ ਦੋਵੇਂ ਮਸ਼ੀਨਾਂ ਦੇ ਨਾਲੇ ਪੀ ਟੀ ਓ ਦਾ ਲੱਗ ਜੂ ਪਤਾ ਦਰਵਾਜ਼ਾ ਖੋਲੀਏ ਟਰੈਕਟਰ ਲਿਆਂਦਾ ਇੱਧਰ ਹੁੱਕ ਕੱਢਤੀ ਇਹਦੀ ਅਤੇ ਇਹਨੂੰ ਵੀ ਬਾਹਰ ਕੱਢਦੇ ਹਾਂ ਸਟੈਂਡਰਡ ਨੂੰ ਇਹਦੇ ਪਿੱਛੇ ਕੋਈ ਨਹੀਂ ਚੱਲਣੀ ਉਹ ਅਰਜਨ ਪਿੱਛੇ ਚਲਾਵਾਂਗੇ ਇੱਕ ਇਹਦੇ ਪਿੱਛੇ ਚਲਾਵਾਂਗੇ ਦੋਵੇਂ ਰੀਪਰ ਐਤਕੀ ਅਦਲਾ ਬਦਲੀ ਕਰੀਏ ਇਹਦੇ ਪਿੱਛੇ ਤਾਂ ਪਹਿਲਾਂ ਉਹ ਵਾਲਾ ਰੀਪਰ ਹੁਣ ਇਹਦੇ ਪਿੱਛੇ ਪੈਣਾ ਐਤਕੀ ਆਹ ਵਾਲਾ ਰੀਪਰ ਹਾਂ ਅਤੇ ਫਿਰ ਡਰਾਈਵਰ ਕੌਣ ਐਤਕੀ ਡਰਾਈਵਰ ਤੂੜੀ ਵਾਲੇ ਰੀਪਰ 'ਤੇ ਕਹਿੰਦੇ ਅਤੇ ਬਾਕੀ ਹੱਬਾਂ ਹੁੱਬਾਂ ਦੇਖ ਲਈਆਂ ਸਾਰੀਆਂ ਹੱਬਾਂ ਗਰੀਸ ਕਰਤੀਆਂ ਇਹਦੇ 'ਚ ਢਿੱਲ ਮਿੱਟਤੀ ਸਾਰੇ ਵਾਇਰਿੰਗ ਟੋਟਲੀ ਲੈ ਬਾਡੇ ਤੋਂ ਗਰੀਸ ਕਰਤੇ ਕਿਸੇ 'ਚ ਕੋਈ ਕੱਚ ਨਹੀਂ ਛੱਡੀ ਦੋਨੇ ਮਸ਼ੀਨਾਂ ਪੂਰੀਆਂ ਰੈਡੀ ਪਰ ਰਹਿਣੀਆਂ ਇਹ ਮਸ਼ੀਨ ਦੀ ਬਾਸਕਟ ਰਹਿੰਦੀ ਬਾਸਕਟ ਪਾਤੀ ਮੈਨੂੰ ਨਹੀਂ ਰਹਿੰਦੀ ਹਾਲੇ ਇਹਦੀ ਥੱਲੇ ਵਾਲੀ ਬਾਸਕਟ ਰਹਿੰਦੀ ਹੈ ਰੀਪਰ ਦੀ
ਤੋ ਇਹ ਮਸ਼ੀਨਾਂ ਨੂੰ ਲੀਵਰ ਲਾ ਕੇ ਹੁਣ ਸਾਈਡ 'ਤੇ ਕਰਨੀ ਹੈ ਇਹ, ਅਤੇ ਇਸ ਤੋਂ ਬਾਅਦ ਕੱਢਣਾ ਲੇਜ਼ਰ ਕਰਾ, ਅਤੇ ਬਾਕੀ ਉਹ ਤੋਂ ਬਾਅਦ ਉਹ ਜਿੱਥੇ ਦੇ ਆਪਾਂ ਨੇ ਜਵੀ ਵੱਢੀ ਉੱਥੇ ਮੇਰੇ ਨਾਲ ਲੇਜ਼ਰ ਆਪਾਂ ਨੇ ਲੇਜ਼ਰ ਕਰਨਾ ਥੋ ਹੈ। ਹਾਂ ਕੱਪੜਾ ਕਿੱਥੇ ਕਿੱਥੇ ਪਾਵੇ ਆ ਚਾਚਾ? ਪਾਵੇ ਕੱਪੜਾ, ਕਈ ਵਾਰੀ ਫੂਕ ਮਾਰਨ ਲੱਗ ਜਾਂਦਾ ਅਗਲਾ ਮੂੰਹ ਭਰ ਜਾਂਦਾ। ਚੱਲ ਕੁਛ ਨਹੀਂ ਹੁੰਦਾ, ਇਹਨੂੰ ਟਰੈਕਟਰ ਨੂੰ ਉੱਧਰ ਖੜਾ ਕੇ ਆਵਾਂ ਮੈਂ, ਉੱਧਰ ਨੂੰ ਲਿਆਂਦਾ ਕੱਢ ਕੇ, ਤਿੰਨ ਇੱਧਰ ਖੜੇ ਆ, ਦੋ ਤਿੰਨ ਉੱਧਰ ਹੋਇਆ ਪਿਆ ਕੰਮ, ਸਿੰਚਾਈ ਟਰੈਕਟਰ ਕਰਕੇ ਪੰਜ ਹੋਏ ਪਏ ਆ ਇਕੱਠੇ ਇੱਥੇ। ਵੀਡੀਓ ਥੋੜੀ ਜਿਹੀ ਵੱਢਣੀ ਪੈਣੀ ਲਾਵਾਂ। ਜ਼ਿਆਦਾ ਹੋਊਗਾ ਭਈਆ, ਸਾਈਲੈਂਟ ਪੂਰੀ ਚੀਕ ਜੀ ਮਾਰਦੀ, ਇੱਕ ਮਾੜਾ ਮੋਟਾ ਪੁਸ਼ ਮਾਰਦਾ ਹੋਣਾ ਕੋਈ। ਆ ਤਾਂ ਅਸੀਂ ਪੁਸ਼ੇ ਕਰਦੇ ਹਾਂ, ਮਾੜਾ ਤੇਲ ਪਾ ਦੇ ਨਾ ਬੰਦੇ। ਲਾਉਣੇ ਆ ਮੈਂ ਤਾਂ ਆਏ
ਲੀਵਰ ਗੇਅਰ ਲੱਗਦਾ ਨੀ ਤਾਂ ਫਿਰ ਅਸੀਂ ਆਪ ਆਇਆ ਹੈਲੋ ਚੱਲ ਕੋਈ ਨਾ ਉਹ ਹੈਵੀ ਕੰਮਾਂ ਨੂੰ ਰੱਖਣਾ ਫੇਰ ਤਾਂ ਕੋਈ ਲੋੜ ਨੀ ਕਿਸੇ ਪਾਸੇ ਚੱਕਣ ਦੀ ਫੇਰ ਨੀ ਕੋਈ ਲੋੜ ਚੱਕਣ ਦੀ ਗੱਲ ਤੇਰੀ ਸਿਆਣੀ ਅੱਛਾ ਇੱਕ ਹੋਰ ਆ ਉਹ ਇਹਦਾ ਕ੍ਰੌਸ ਦੇਖਦੇ ਤੇ ਵੀ ਵੱਢਣਾ ਪਊਗਾ ਆ ਪੈ ਗਈ ਦੂਈ ਤੋੜਨਾ ਪਊਗਾ ਇਹਦੇ ਅੰਦਰ ਸਮਾਨ ਪਿਆ ਤਾਂ ਸਾਰੇ ਫਿੱਟ ਆ ਗਿਆ ਆਦੇ ਸਿੰਧੂ ਦੂਈ ਜਿਹੜੀ ਤੈਨੂੰ ਮੈਂ ਦਿਖਾ ਲਿਆ ਤਾਂ ਉਹ ਸਾਫਟ ਆਈ ਹੈ ਫਿੱਟ ਦੇਖਿਆ ਤੇ ਫਿੱਟ ਆ ਗਿਆ ਰੀਪਰ ਦੀ ਉਹਦੀ ਕੱਟ ਕੇ ਨਾ ਕਰਚ ਵਾਲੇ ਕਟਰ ਦੀ ਵਾ ਫਿਰ ਆ ਚੱਲਣ ਦਿੰਦੇ ਆ ਇਹਦੇ ਉਰੇ ਯਾਰ ਉਹ ਪਾਈਪ ਲਾ ਦੇ ਇੱਕ ਉਹ ਲਾ ਦਾਂਗੇ ਜੱਫਾ ਜਾ ਦੋ ਲਾਣੇ ਪੈਣਗੇ ਹਨਾ ਦੋ ਲੱਗਣਗੇ ਇੱਕ ਉਰੇ ਲੱਗੂਗਾ 25 ਜੀ ਦਾ ਬਣਾਈ ਦੂਰ ਕੇ ਲੋੜ ਆ ਇੱਕ ਇੱਥੇ ਲਾ ਦੇਣਾ ਇੱਕ ਇੱਥੇ ਲਾ ਦੇਣਾ ਬਸ ਹਾਂ ਪਿੱਛੇ ਨਹੀਂ ਲੱਗਣ ਤੇ ਸਟਾਰਟਿੰਗ 'ਚ ਲੱਗਣਗੇ ਉਹ ਦੂਏ ਦੀ ਵੱਢਣਾ ਪਊਗਾ ਹਨਾ 1 ਇੰਚ ਬਸ ਉਹਦਾ ਵੱਢਣਾ ਪਊਗਾ ਹਨਾ ਇਹਨੂੰ ਹੁਣ ਇੱਥੇ ਖੜਨ ਦੇਣਾ ਇਹਦੀਆਂ ਤਾਰਾਂ ਤੂਰਾਂ ਜੋੜਨੀਆਂ ਹਨਾ ਚੱਲ ਇਹਦੀ ਤਾਰਾਂ ਜੁੜ ਜਾਣਗੀਆਂ ਬਾਕੀ ਦੋਹਾਂ ਪਿੱਛੇ ਚੱਲੀ ਜਾਣੀ ਚਾਹੇ ਇਹਦੇ ਪਿੱਛੇ ਚਲਾ ਲਈ ਚਾਹੇ ਇਹਦੇ ਪਿੱਛੇ ਤੋਂ ਚੱਕਰ ਦੋਨਾਂ ਦੇ ਸੇਮ ਆ ਇਹਦਾ ਤੇਲ ਦੇਖ ਲਿਆ ਚਗੇਰ ਦਾ 1500 ਚੱਕਰਾਂ ਤੇ ਵੀ ਖਾਸੀ ਭਜਾ ਦਿੰਦਾ ਮਸ਼ੀਨ ਨੂੰ ਹਨਾ ਦੂਏ ਲੋਟ ਚ ਚੱਲੇਗਾ ਫਿਰ ਲੋਟ ਜਾ ਕੇ ਚਾਰਜਿੰਗ ਪੁਆਇੰਟ ਇਹਦੇ ਵਿੱਚ ਹੈ ਇੱਥੇ ਫੋਨ ਰੱਖ ਹੁੰਦਾ ਫੋਨ ਦਾ ਵੀ ਪੁਆਇੰਟ ਇਹਦੇ ਵਿੱਚ ਹਾਂ ਚਾਹੇ ਸਟੈਂਡਰਡ ਨੂੰ ਚਲਾ ਲਿਆ ਜਗਤਜੀਤ ਨੂੰ ਪਾ ਲਿਆ ਯਾਰ ਸਟੈਂਡਰਡ ਮੈਂ ਤਾਂ ਉਹ ਕਹਿੰਦਾ ਤੈਨੂੰ ਅਰਜਣਾ ਨਾਲ ਤੇ ਨਾਲੇ ਸਾਰੀ ਦੁੱਖ ਚੱਕੇ ਜਾਣਗੇ ਸਾਲੇ ਅਰਜਣਾ ਤੇ ਨਹੀਂ ਬਾਸ ਹੋਣੀ ਕਹਾਣੀ ਸਟੈਂਡਰਡ ਇਹ ਦੋ ਟਾਊਗਾ ਉਹੀ ਘੁਮਾਊਗਾ ਗੁੱਡੀਆਂ ਦੀਆਂ ਇੱਕ ਸਿਰਫ ਮੂਹਰੇ ਵਾਲੀ ਇਹਦੀ ਹੁਣ 14 ਦੀ 12 ਦੀ ਪੁਲੀ ਪਊਗੀ ਮੂਹਰੇ ਇਹਨੂੰ ਪੁਲੀ ਛੋਟੀ ਪਊਗੀ ਕਿਉਂਕਿ ਚੱਕਰ ਬਹੁਤ ਆ ਨਾ ਸਵਾ ਦਾ ਗੇਅਰ ਆ ਇਹਨੂੰ ਜੇ ਬਰੋਬਰ ਦਾ ਆਉਂਦਾ ਫਿਰ ਉਹ ਪੈਣਾ ਤਾਂ ਆਪਾਂ 855 ਨੂੰ 12 ਦੀ ਪੁਲੀ ਚੱਲਦੀ ਆ ਇਹਨੂੰ 12 ਦੀ ਪੁਲੀ ਪੈ ਗਈ ਮੈਂ ਕਹਿੰਦਾ ਨਹੀਂ ਯਾਰ ਆਰਾਮ ਨਹੀਂ ਚਾਚਾ ਹੁਣ ਜਣੀ ਪੀਟੀ ਨੂੰ ਤਕੜਾ ਹੋ ਗਿਆ ਹੈ 12 ਦੱਸਦੀ ਹੁਣ ਇਹਨੂੰ 14 ਦੱਸਦੀ ਅਰਜਨ ਨਾਲ ਸਟੈਂਡਰਡ ਆਪਾਂ ਚਲਾਇਆ ਤਾਂ ਕਿੰਨੇ ਚੱਕਰ ਬਣਾਉਂਦਾ ਪੂਰੇ ਵਾਲੀ ਪੁਲੀ ਛੋਟੀ ਪਊਗੀ ਉਹਦੀ 12 ਦੀ ਪੁਲੀ ਆਜੂ ਕਿੰਨੇ ਦੀ 2,000-3,000 ਦੀ ਹੋਊਗੀ 4,000 ਦੀ ਹੋਊਗੀ ਗੇੜਾ ਲੱਗ ਕੇ ਕਿਸੇ ਦਿਨ ਚੱਕ ਲਿਆਉਣੀ ਪੁਲੀ ਮੈਂ ਜੇ ਇਹਨਾਂ ਨੇ ਟਰੈਕਟਰਾਂ ਨੇ ਕਿੰਤੂ ਪ੍ਰੰਤੂ ਕਰਿਆ ਫਿਰ ਤਾਂ ਉਹੀ ਲੱਗੂਗਾ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੀ ਵੀਡੀਓ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।